ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੰਬੰਧੀ ਟਿੱਪਣੀ ਕਰਦਾ ਗਿਆ ਕਿ ਸਰਕਾਰ ਭਾਵੇਂ ਜਿਹੜਾ ਵੀ ਕਮਿਸ਼ਨ ਬਣਾਵੇ ਪਰ ਘਟਨਾਵਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਸੇਵਾ ਮੁਕਤ ਕਰਨ ਦੇ ਮਾਮਲੇ ਤੇ ਐਸਜੀਪੀਸੀ ਦਾ ਬਚਾਅ ਕਰਦਾ ਗਿਆ ਕਿ ਸ਼੍ਰੋਮਣੀ ਕਮੇਟੀ ਪਰੰਪਰਾਵਾਂ ਅਤੇ ਮਰਿਆਦਾਵਾਂ ਮੁਤਾਬਿਕ ਜਥੇਦਾਰਾਂ ਦੀਆਂ ਨਿਯੁਕਤੀਆਂ ਸੰਬੰਧੀ ਆਪਣਾ ਕਾਰ ਵਿਹਾਰ ਚਲਾਉਂਦੀ ਹੈ। ਪੰਜਾਬ ਸਰਕਾਰ ਨੇ ਜਿਹੜਾ ਕਮਿਸ਼ਨ ਬਿਠਾਇਆ ਸਾਨੂੰ ਕਮਿਸ਼ਨ ਤੇ ਕੋਈ ਇਤਰਾਜ਼ ਨਹੀਂ, ਜੀ ਸਦਕੇ ਬਣਾਵੇ ਔਰ ਦੋਸ਼ੀਆਂ ਨੂੰ ਲੱਭੇ, ਭਾਵੇਂ ਚਾਰ ਕਮਿਸ਼ਨ ਬਣਾਵੇ, ਪਰ ਸਾਨੂੰ ਇਸ ਗੱਲ ਦਾ ਜ਼ਰੂਰ ਇਤਰਾਜ਼ ਆ ਕਿ ਕਮਿਸ਼ਨ ਦਾ ਹੈੱਡ ਜਿਹੜਾ ਜ਼ਰੂਰ ਨਿਰਪੱਖ ਹੋਣਾ ਚਾਹੀਦਾ, ਕਿਤੇ ਉਹਦੇ 'ਚੋਂ ਕੋਈ ਪੋਲੀਟੀਕਲ ਵਿੰਡਿਕਟਿਵਨੈਸ ਦਾ ਪਿਛੋਕੜ ਵਾਲਾ ਕੋਈ ਵਿਅਕਤੀ ਨਹੀਂ ਹੋਣਾ ਚਾਹੀਦਾ। ਜਸਟਿਸ ਰਿਟਾਇਰ ਰੰਧਾਵਾ ਸਾਹਿਬ ਅਤੇ ਜੋ ਪਿਛੋਕੜ ਉਹਨਾਂ ਦਾ ਮਤਲਬ ਜੱਗ ਜ਼ਾਹਰ ਆ ਕਿਸੇ ਇੱਕ ਰਾਜਸੀ ਪਾਰਟੀ ਨਾਲ ਰਾਜਸੀ ਲੋਕਾਂ ਨਾਲ ਜੁੜਿਆ ਹੋਇਆ, ਉਹਦੇ 'ਤੇ ਅਸੀਂ ਜ਼ਰੂਰ ਕਿਹਾ ਸੀ ਵੀ ਇਸ ਤਰ੍ਹਾਂ ਦੀ ਕਮਿਸ਼ਨ ਜਿਹੜੇ ਨੇ ਕਿਸੇ ਨਿਰਪੱਖ ਵਿਅਕਤੀ ਦੀ ਅਗਵਾਈ ਵਿੱਚ ਹੀ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਦੀ ਜਾਂਚ ਦਾ ਜਿਹੜਾ ਸਾਰੇ ਲੋਕ ਵਿਸ਼ਵਾਸ ਕਰਨ। ਸ਼੍ਰੋਮਣੀ ਕਮੇਟੀ ਨੇ ਸਥਾਪਿਤ ਕੀਤੀਆਂ ਪਰੰਪਰਾਵਾਂ ਮਰਿਆਦਾ ਦੇ ਅਨੁਸਾਰ ਹੀ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਅਦਲਾ ਬਦਲੀ ਜੋ ਵੀ ਹੈ ਉਸ ਸਿਸਟਮ ਦੇ ਅਨੁਸਾਰ ਹੀ ਚੱਲਦੀ ਹੈ ਅਤੇ ਸ਼੍ਰੋਮਣੀ ਕਮੇਟੀ ਉਸ ਸਿਸਟਮ ਦੀ ਪਹਿਰੇਦਾਰ